हाँ जी, सत श्री अकाल दर्शक वीरो। तो अज्ज तुहाडे लई लैके आए जिहड़े ट्रैक्टर ने, एक कनेडा अमरीका दे, मैं कहना कोई कंट्री होनी जिथों दे ना बीजे लगते हुण। कल्ले ट्रैक्टरां दे बंदिआं दे नहीं, कल्ले ट्रैक्टरां दे बीज जिहड़े लगदे आ, जिहड़ी मर्जी कंट्री दा बीज जिहड़ा इत्थों तुसीं लवा सकदे हो। तुहानूं एड्रैस फोन नंबर सारा कुछ लैके दिंदा वीर दा, ते वीडियो नूं वध तों वध शेयर कर दिओ। ते जिवें 2 नाट गेरां ते बाकी 2-3 होर जिहड़े तैयार होए खड़े ने, ते कुछ दिनों तक यह कंटेनर च पैने, आपां तुहानूं सारी वह भी प्रॉपर वीडियो दिखावांगे। ते अज्ज तुहानूं विखाउणे आ नाटकेरा भी तैयार हो गया, जिहड़ा तुहानूं आपां पहलां दिखा चुके हां वह नाटकेरा गा। ते वीडियो नूं शेयर करी चलो, इत्थे लगदे आ कहिंदा कनेडा अमरीका दे बीजे ट्रैक्टरां दे, आ जाओ केरा। ते बाकी बाई नाल गल्लबात करदे आ। बई सत श्री अकाल जी। सत श्री अकाल बई। ते अपना एड्रैस दस दिओ, केरा लोकेशन है जी, केरा संगेड़ा पिंड बरनाला जी बई। ठीक है, ते आपां नूं दस्सो आ केरा मॉडल है नाटकेरा ट्रैक्टर। 94 मॉडल। ठीक है, तो मैं कहना पूरा घंट तैयार किया है ना जी, यदा भी ए टू जेड प्रॉपर काम किया जी। ठीक है, तो ये हूँ कितने जाना जी ये ट्रैक्टर? ये टोरंटो जाना ट्रैक्टर। तो वह दूजा नाट गया ਉਹ ਸਰੀ ਤੇ ਫੋੜ ਆ ਉਹ ਵੀ ਸਰੀ ਬਈ ਸਰੀ ਤੇ ਜਿਹੜੇ ਬਾਕੀ ਇੱਧਰ ਫੋੜ ਖੜੇ ਨੇ ਆਹ ਉਹ ਆ ਫੋੜ ਕਰੀ ਉਹ ਨਾਲ ਜਾਣਾਂਗੇ। ਅੱਛਾ, ਨਾਟਕਰਾਂ ਦਾ। ਨਾਟਕਰਾਂ ਦਾ ਹਾਂਜੀ। ਤੇ ਉਹ ਪਰਲਾ ਉਹ ਤਿੰਨੇ ਇੱਕ ਜਗ੍ਹਾ ਦੇ ਬਈ। ਤੇ ਇੱਕ ਜਿਹੜਾ ਪਰ ਇਹਨੂੰ ਮੂੰਹ ਕਰਿਆ ਖੜਾ ਇਹਦਾ, ਇਹ ਜਲੰਧਰ ਸਾਈਡ ਵਾਲੇ ਆਪਣੇ ਪਹਿਲਵਾਨਾਂ ਦੀ ਕੁਸ਼ਤੀ ਹੈਗੀ ਉੱਥੇ ਦੇਣਾ। ਅੱਛਾ, ਇਹ ਨਾਮ ਚ ਦੇਣਾਗਾ। ਠੀਕ ਆ, ਤੇ ਦੋਸਤੋ ਦੇਖ ਸਕਦੇ ਹੋ ਜਿਹੜਾ ਕੈਨੇਡਾ ਅਮਰੀਕਾ ਦੇ ਟਰੈਕਟਰ ਨੂੰ ਜਿਹੜੇ ਇੱਥੋਂ ਭੇਜੇ ਜਾਂਦੇ। ਤੁਹਾਨੂੰ ਸਾਰਾ ਐਡਰੈਸ ਲੈ ਕੇ ਦਿੰਨੇ ਕਰਾਂ, ਵੀਡੀਓ ਨੂੰ ਸ਼ੇਅਰ ਕਰਦੇ ਰਹੋ। ਦੇਖੋ ਜੀ, ਪਹਿਲਾਂ ਤਾਂ ਟਰੈਕਟਰ ਆ ਪੂਰਾ ਘੈਂਟ ਜਿਹੜਾ ਤਿਆਰ ਹੋਇਆ, ਤੁਹਾਨੂੰ ਆਪਾਂ ਲੋਕਾਂ ਜਿਹੜੀ ਟਰੈਕਟਰ ਦੀ ਸਾਰੀ ਦਿਖਾਉਣੇ ਆ। ਕੋਈ ਏਰ ਫੇਰੀ ਵਾਲਾ ਕੰਮ ਨਹੀਂ, ਬਿਲਕੁਲ ਮੈਂ ਕਹਿੰਦਾ ਇੱਕ ਨੰਬਰ ਦਾ ਕੰਮ ਜਿਹੜਾ ਕੀਤਾ। ਤੁਸੀਂ ਟਰੈਕਟਰ ਵੀ ਦੇਖਦੇ, ਤੁਹਾਨੂੰ ਦੱਸਦੇ ਹੋਣਗੇ ਖੜ੍ਹੇ ਵੀ ਜਾਚਦੇ ਇੱਕ ਤਰ੍ਹਾਂ ਦੇ। ਬਾਕੀ ਪਲੇਟਫਾਰਮ ਵਗੈਰਾ ਟਰੈਕਟਰਾਂ ਦੇ ਤੁਸੀਂ ਉਹ ਵੀ ਦੇਖ ਸਕਦੇ ਹੋ। ਇਹ ਵੀ ਆਪਣੇ ਖੁੱਲ੍ਹੇ ਕੀਤੇ ਗਏ ਨਾ ਜੀ ਪਲੇਟਫਾਰਮ। ਠੀਕ ਹੈ, ਇਹ ਵੀ ਆਪ ਹੀ ਕਰਦੇ ਇੱਥੇ ਕੰਮ ਸਾਰੇ? ਸਾਰੇ ਹੀ ਹੁੰਦਾ ਵੀਰੇ। ਠੀਕ ਹੈ, ਤੇ ਇਹ ਤੇ ਜਿਹੜਾ ਪੇਂਟ ਆ ਉਹ ਕਿਹੜਾ ਕੀਤਾ ਗਿਆ ਜੀ? 2K ਹੁੰਦਾ ਵੀ, 2K ਪੇਂਟ ਕੀਤਾ ਗਿਆ। ਠੀਕ ਹੈ, ਬਾਕੀ ਮਗਰਾਟ ਮਤਲਬ ਕਿ ਕਹਿੰਦੀ ਜੈਨੂਇਨ ਜੀ ਲੁੱਕ ਰੱਖੀ ਗਈ ਨਾ ਉਹ। ਠੀਕ ਹੈ, ਟਰੈਕਟਰ ਦੀ ਬਾਕੀ ਟਾਇਰ ਆ ਜਿਹੜੇ, ਆਹ ਟਾਇਰਾਂ ਦਾ ਫਰਕ ਨਹੀਂ ਲੱਗ ਰਿਹਾ ਆਮ ਨਾਟਕਰ? ਪਹਿਲਾਂ 6-50-20 ਦੇ ਆਉਂਦੇ ਆ ਨੀ? 50 ਦੇ ਆਉਂਦੇ ਆ ਵੀ ਆਪਣੇ। ਠੀਕ ਹੈ, ਤੇ ਹੁਣ ਇਹ 7-50-20 ਦੇ ਇੱਕ ਨੰਬਰ ਵੱਡਾ ਟਾਇਰ ਆਉਣ ਲੱਗ ਗਿਆ। ਠੀਕ ਹੈ, ਤੇ ਮੈਂ ਕਹਿੰਦਾ ਸੈਂਪਲ ਜੀ ਲੁੱਕ ਚਾਹਣਾ ਜੀ, ਪੂਰਾ ਘੈਂਟ ਲੱਗ ਰਿਹਾ ਹੈਗਾ। ਤੇ ਪਿਛਲੇ ਟਾਇਰਾਂ ਦੀ ਗੱਲ ਕਰੀ, ਆਹ ਕਿਹੜੇ ਟਾਇਰ ਵੱਜਦੇ ਜੀ? ਅਪੋਲੋ ਦੇ ਤੇ। ਅਪੋਲੋ ਦੇ ਰੇਡੀਅਲ ਟਾਇਰ ਨੇ, 16 ਦੇ ਸਾਈਜ਼ ਆ ਬਈ। ਠੀਕ ਆ, 16 ਦੇ ਹੀ ਸਾਈਜ਼ ਆ? ਹਾਂਜੀ ਹਾਂਜੀ। ਠੀਕ ਆ, ਦੇਖੋ ਜੀ ਰਿਮ ਵਗੈਰਾ ਵੀ ਜਿਹੜੇ ਨਵੇਂ ਲਾ ਕੇ, ਮੈਂ ਕਹਿੰਦਾ ਪੂਰੀ ਗੱਲ ਬਣਾਈ ਪੈਣਾ ਜੀ। ਤੇ ਬਾਕੀ ਆਹ ਡੰਡੇ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ। ਤੇ ਫਿਰ 뮤직 ਸਿਸਟਮ ਜੀ, ਇਹ ਵੀ ਆਪਾਂ ਵੀ ਆਪ ਹੀ ਲਾਇਆ। ਅੱਛਾ, ਇਹ ਵੀ ਆਪ ਹੀ ਤਿਆਰ ਕਰਦੇ ਹੋ? ਹਾਂਜੀ ਹਾਂਜੀ। ਠੀਕ ਆ, ਇਹ ਕਿੰਨੀਆਂ ਬੇਸਾਂ ਵਾਲਾ ਹੋਊਗਾ ਜੀ? ਇਧਰ 12 ਇੰਚ ਵੀਰੇ। 12 ਇੰਚ ਜੀ। ਠੀਕ ਆ, ਤੇ ਬਾਕੀ ਆ ਸਪੀਕਰ ਕੋਲ ਪਿੱਛੇ ਵੀ ਸਾਹਿਬਜ਼ਾਦਿਆਂ ਦੀ ਫੋਟੋ ਲਾਈ ਹੈ ਨਾ, 4 ਸਾਹਿਬਜ਼ਾਦਿਆਂ ਦੀ। ਤੇ ਪਿਛਲੀ ਸਾਈਡ ਤੋਂ ਲੁੱਕ ਦੇਖੋ ਯਾਰ ਤੁਸੀਂ ਟਰੈਕਟਰ ਦੀ। ਪਹਿਲੀ ਗੱਲ ਤਾਂ ਰੰਗ ਦੀ ਸਫਾਈ ਜਿਹੜੀ ਤੁਸੀਂ ਉਹ ਦੇਖ ਸਕਦੇ ਹੋ, ਦੀਨ ਦਾ ਮੂੰਹ ਵਿੱਚ ਦੀਆਂ ਸਾਰਾ। ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜੀ। ਤੇ ਬਾਕੀ ਆ ਤਾਂ ਮੈਂ ਕਹਿੰਦਾ ਨਾਲ ਦਾ ਰੰਗ ਹੀ ਹੈ ਨਾ ਟਰੈਕਟਰ ਜਿਹੜਾ ਆਉਂਦਾ ਗਾ। ਹਾਂ, ਮੈਂ ਓਰੀਜਨਲ ਜਿਹੜਾ ਨਾਟਕ ਦਾ ਆਉਂਦਾ ਬਸ ਉਹੀ ਆ। ਆ ਇੰਡੀਕੇਟਰ ਕਿਹੜੇ ਲਾਏ ਹੋਣੇ ਇਹਦੇ? ਸੋਨਾਲੀਕਾ ਸਕੰਦਰ। ਇਹ ਸੋਨਾਲੀਕਾ ਵਾਲੇ ਜਿਹੜੇ ਸਕੰਦਰ ਦੇ ਆਉਂਦੇ ਹੁਣ ਮਾਡਲ ਦੇ। ਠੀਕ ਆ, ਤੇ ਮੈਂ ਕਹਿੰਦਾ ਫਿਰ ਬੇਸ ਆਦਾ ਪੂਰਾ ਕੰਡੇ ਕੱਢਦਾ ਹੂੰ ਨਾ। ਹਾਂਜੀ ਹਾਂਜੀ ਪੂਰਾ ਵੀ। ਠੀਕ ਆ, ਬਾਕੀ ਆ 37000 ਘੈਂਟ ਲੱਗਦੀ ਰੰਗ ਹੈ ਨਾ, ਮਤਲਬ ਕਿ ਸੰਤਰੀ ਦੇ ਨਾਲ ਦੇ ਚ ਵੀ ਤਿਆਰ ਕੀਤੀ ਆ ਵੀ ਆਪਾਂ ਨੇ, ਮਤਲਬ ਕਿ ਜਿਹੜਾ ਰੰਗ ਟਾਈਟਰ ਤੇ ਵੱਜਾ 2K ਦਾ ਉਹ ਵੀ 37000 ਦੇ ਵਿੱਚ। ਉਹ ਵੀ 37000 ਦੇ ਆ? ਹਾਂਜੀ ਹਾਂਜੀ, 37000 ਦਾ ਮੈਚਿੰਗ ਹੈ ਨਾ ਜਿਹੜੀ ਰੰਗ ਦੀ, ਪੂਰੀ ਘੈਂਟ ਗੱਲ ਬਣੀ ਪੇੜ 37000 ਦੀ। ਨਹੀਂ ਅੱਡ ਜੇ ਦੀ ਜੇ ਕਾਲੀ ਜੀ ਝਾਕੇ, ਅੱਡ ਜੇ ਝਾਕੀ ਜਾਂਦਾ ਨਾ ਟਰੈਕਟਰ। ਹਾਂਜੀ ਹਾਂਜੀ। ਤੇ ਬਾਕੀ DI ਕਰਿਆ ਜੀ ਫਿਰ ਇਹ ਇੱਥੇ? ਹਾਂਜੀ DI ਬਈ। ਠੀਕ ਹੈ, ਏ ਟੂ ਜ਼ੈਡ ਕੰਮ ਹੋਇਆ ਇੰਜਨ ਗੇਅਰ ਦਾ। ਕਿੰਨਾ ਕੁ ਖਰਚਾ ਆ ਗਿਆ ਜੀ ਇਹ ਇਕੱਲੇ ਟਰੈਕਟਰ ਦੀ ਗੱਲ ਕਰੀਏ ਆਪਾਂ? ਸੱਤ ਲੱਖ ਚ ਇਹ ਟਰੈਕਟਰ। ਸੋ ਦੋਸਤੋ ਦੇਖ ਲੈਣਾ, ਬਾਕੀ ਆ ਲਾਈਟਾਂ ਵੀ ਲੱਗਣਾ, ਬੁਲਟਾਂ ਵਾਲੀਆਂ ਪਾਈਆਂ ਹੋਈਆਂ ਨੇ ਨਾ ਜੀ, ਜਾਮੇ ਵਾਲੀਆਂ ਨੇ, ਬੁਲਟਾਂ ਥੋੜਾ ਸਾਈਜ਼ ਵੱਡਾ ਹੁੰਦਾ। ਠੀਕ ਆ, ਅੱਛਾ ਜਾਮੇ ਵਾਲੀਆਂ ਨੇ। ਹਾਂਜੀ ਠੀਕ ਆ, ਤੇ ਦੇਖ ਸਕਦੇ ਪੂਰੇ LED ਲਾਈਟਾਂ ਨੇ ਨਾ ਜੀ। ਹਾਂਜੀ ਹਾਂਜੀ। ਤੇ ਸੰਧੂ ਇਹ ਪਾਈਆਂ ਤਾਂ ਗੋਤੂ ਨਾ ਜੀ। ਹਾਂਜੀ ਹਾਂਜੀ। ਠੀਕ ਆ, ਬਾਕੀ ਹਾਰਨ ਵਗੈਰਾ ਲਾ ਕੇ ਮੈਂ ਕਹਿੰਦਾ ਪੂਰੀ ਘੈਂਟ ਗੱਲਬਾਤ ਜਿਹੜੀ ਟਰੈਕਟਰ ਦੀ ਕੀਤੀ ਪਈ ਆ। ਬਾਕੀ ਸਟਾਰਟ ਕਰਕੇ ਦਿਖਾਇਓ ਕਿਹੜਾ ਜੀ ਆਪਾਂ ਨੂੰ ਟਰੈਕਟਰ। ਲਓ ਜੀ, ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਆ। ਬਾਕੀ ਇਹ ਸਲੈਂਸਰ ਆ ਜਿਹੜਾ ਇਹਦਾ ਟਰੈਕਟਰ ਦਾ ਉਹ ਆ ਰਿਹਾ, ਇਹਦੇ ਵਾਂਗੂ ਬਣਨਾ ਦਿੱਤਾ ਹੋਇਆ ਹੈਗਾ, ਜਿਵੇਂ ਆਹ ਟਰੈਕਟਰ ਦੇ ਸਲੈਂਸਰ ਲੱਗਿਆ ਹੋਇਆ ਉਸ ਤਰ੍ਹਾਂ ਜਿਹੜਾ ਆ ਇੱਕ ਅੱਧੇ ਦਿਨ 'ਚ ਲੱਗ ਜਾਊਗਾ ਟਰੈਕਟਰ ਦੇ। ਬਾਕੀ ਟਰੈਕਟਰ ਹਜੇ A to Z ਫੁੱਲ ਤਿਆਰ ਆ ਟਰੈਕਟਰ। ਅੱਛਾ, ਮੀਟਰ ਵਗੈਰਾ ਕਿਹੜੇ ਲਾਤੇ ਜੀ ਇਹਦੇ? ਅੱਛਾ, ਇਹ ਨਾਲ ਦੀ ਆਉਂਦੇ ਨਾ ਜੀ। ਠੀਕ ਹੈ ਜੀ, ਪੂਰੀ ਮੈਂ ਕਹਿੰਦਾ ਕਿਵੇਂ ਜੀ ਦੱਸਿਓ ਮਾੜਾ ਜਿਹਾ। ਸਫਾਈ ਪੂਰੀ ਮਤਲਬ ਰੱਖੀ ਗਈ ਹੈ ਜੀ। ਹਾਂ ਹਾਂ, ਉਹ ਤਾਂ ਗੱਲ ਦੀਂਗੀ ਜੀ। ਬਾਕੀ ਆਹ ਦੇਖੋ ਜੀ ਹੈ ਨਾ, ਆਪਣੇ ਸੁੱਚਾਂ ਮਤਲਬ ਕਿ ਸਾਰਿਆਂ ਵਾਲੇ ਸਾਰੇ ਸਿਸਟਮ ਵਗੈਰਾ ਬੈਂਟਰੀ ਵਾਲਾ ਓਰੀਜਨਲ ਦੇ ਨਾਲ ਆਉਂਦੇ ਆ ਕੰਪਨੀ ਵਾਲੇ ਦੇ। ਠੀਕ ਹੈ, ਜਮਾ ਕਿ ਜਿਹੜੀ ਜਿਹੇ ਜਾਂ ਪੰਜਾਬ ਚੋਂ ਨਿਕਲਦਾ ਸੀ ਉਹ ਜਾਂ ਬਰਨਾਲੇ ਚੋਂ ਨਿਕਲਦਾ ਹੈਗਾ।
ਕਿਹੜੀ? ਅੱਛਾ ਪਲੇਟ ਇਹਦੀ ਨਾਲ ਦੀ ਹੈ ਨਾ? ਟਰੈਕਟਰ ਪੂਰਾ ਮੈਂ ਕਹਿੰਦਾ ਸਾਂਭਿਆ ਹੋਇਆ ਸੀ ਨਾ ਪਹਿਲਾਂ ਵੀ, ਨਹੀਂ ਪਲੇਟ ਕਿਸੇ ਟਰੈਕਟਰ ਦੇ ਆਮ ਹੁੰਦੀ ਨੀ ਗੀ, ਨਹੀਂ ਤਾਂ ਪੱਟੀਆਂ ਪੱਟ ਕੇ ਸਿੱਟੀਆਂ ਪਈਆਂ ਹੁੰਦੀਆਂ ਨੇ। ਤੇ ਬਾਕੀ ਡੀ ਆਈ ਕੀਤਾ ਜੀ, ਜੀਟਰ ਦਾ ਹੈ ਨਾ, ਜੀਟਰ ਦੇ ਮੋਹਰ ਆ ਦੇਖਦੇ ਜੀਟਰ ਨੀ ਐਚ ਐਮ ਟੀ ਦੇ ਚਾਹੁੰਦਾ। ਪਾਵਰ ਸਟੇਅਰ ਵਗੈਰਾ ਫਿਰ ਆਪਾਂ ਨੇ ਆਪ ਹੀ ਕੀਤਾ ਜੀ, ਆਪ ਕੀਤਾ ਸਾਰਾ। ਠੀਕ ਆ, ਤੇ ਉਸ ਤੋਂ ਬਾਅਦ ਆਹ ਨਾਟ ਗਿਰਨ ਦੀ ਗੱਲ ਕਰੀਏ, ਆਪਾਂ ਤਾਂ ਦਿਖਾਤਾ ਸੀ ਇਹ ਕਿਹੜੇ ਥਾਂ ਜਾਣਾ ਜੀ, ਦੁਬਾਰੇ ਫੇਰ ਦੱਸ ਦਿੰਦੇ ਆਪਾਂ, ਇਹ ਸਰੀ ਜਾਣਾ ਗਾ। ਠੀਕ ਆ, ਸੋ ਦੋਸਤੋ ਜੇ ਬਣ ਕੇ ਤੁਸੀਂ ਆਹ ਲਾਇਆ, ਅੱਛਾ ਆਹ ਵੈਂਪਰ ਆ ਗਿਆ ਦੁਬਾਰੇ ਬਣ ਕੇ, ਲੋਗੋ ਕੀਤਾ ਨਾਟ ਗਿਰਨ ਕੱਟ ਕੇ। ਠੀਕ ਆ, ਆਹ ਲੋਗੋ ਦੇਖੋ ਦੋਸਤੋ, ਲਾਈਟਾਂ ਜਗਦੀਆਂ ਸਾਰੀਆਂ, ਇਹਦੇ ਲਾਈਟਾਂ ਚੱਲਦੀਆਂ ਨੇ, ਚਲਾ ਕੇ ਦਿਖਾਓ ਜੀ ਮਾੜੀਆਂ ਕਿਰਾਂ। ਲਓ ਵੀ ਦੀਦਾ ਨਾ ਵਿੱਚ ਦੀ ਨਾਟ ਕਰਾਂਗੇ ਨਾ ਦੂਜਾ ਵੀ, ਚੱਲ ਨਹੀਂ ਥੱਲੜ ਦੀਆਂ ਨਹੀਂ ਚੱਲੀਆਂ ਜੀ, ਵੈਂਪਰ ਵਾਲੀਆਂ ਚੱਲੀਆਂ ਦੂਜੀਆਂ, ਚੱਲ ਚੱਲ ਇੱਥੇ ਚੱਲਦੀਆਂ ਨੇ, ਚੱਲ ਪਿਆ ਦੇਖੋ ਦੋਸਤੋ। ਅਤੇ ਬਾਕੀ ਜਿਵੇਂ ਆਪਾਂ ਆਹ ਦੇਖੋ ਸਟੀਲ 'ਚ ਸਾਰਾ ਉਵੇਂ ਚੁੱਕਰ ਦੀਦਾ ਮੋਬਾਈਲ, ਅਤੇ ਦੇਖੋ ਇਹਦੇ ਫਿਰ ਇਕੱਲੇ ਵੈਂਪਰ 'ਤੇ ਕਿੰਨਾ ਕੁ ਖਰਚਾ ਆ ਗਿਆ ਜੀ? 18-19 ਹਜ਼ਾਰ ਰੁਪਏ ਸਾਰਾ ਵੈਂਪਰ 'ਤੇ ਇਕੱਲੇ ਖਰਚਾ ਆ ਇਕੱਲੇ 'ਤੇ, ਸੌ ਕੁ ਵਜੋਂ ਤਿਆਰ ਕਰਿਆ। ਹਾਂਜੀ ਹਾਂਜੀ ਭਾਈ, ਠੀਕ ਹੈ। ਮੈਂ ਕਹਿੰਦਾ ਦੇਖੋ ਜੀ ਜਾ ਜੱਚਦਾ ਨਾ ਇਕੱਲਾ ਇਕੱਲਾ ਹੈ, ਅਤੇ ਆਹ ਫਿਰ ਕਿਵੇਂ ਆਈਡੀਆ ਆਇਆ ਦਿਮਾਗ 'ਚ ਜੀ ਸੰਗਲੀ ਵਾਲਾ ਵੀ ਆਪਾਂ ਵਿੱਚ ਲਾਈਟਾਂ ਜਾ ਰਹੀਆਂ? ਲਾਈਟ ਲਾਈ ਸੀ ਫਿਰ ਆਪਣਾ, ਅੱਛਾ ਖਾਲੀ ਯਾਰਾ ਗ੍ਰਹਿ ਸੀਗਾ। ਠੀਕ ਹੈ, ਅਤੇ ਫਿਰ ਲੋਗੋ 'ਚ ਕੱਟਿਆ ਗਿਆ ਬਈ। ਠੀਕ ਹੈ, ਲੋਗੋ ਬਾਅਦ ਜਿਵੇਂ ਹੈਗੇ ਵੀ ਐਵੇਂ ਹੀ ਰਹੂਗਾ, ਕਈ ਵਾਰ ਨਿਕਲ ਵਗੈਰਾ ਆਪਾਂ ਕਰਾ ਦਿੰਦੇ ਉਹ ਖਰਾਬ ਹੋ ਜਾਂਦਾ ਬਈ। ਠੀਕ ਹੈ, ਇਹ ਐਵੇਂ ਚੁੱਕਰ ਹੀ ਰਹੂ। ਹਾਂਜੀ, ਲਓ ਜੀ ਦੇਖੋ ਵਿੱਚ ਲਾਈਟਾਂ 'ਚ ਵੀ ਕਹਿੰਦਾ ਜੀ ਝਾਕਦਾ ਗਾ, ਉਹਦੀਆਂ ਵੀ ਲਾਈ ਮੜੀਆਂ ਜੀ ਲਾਈਟਾਂ, ਉਹਦੀਆਂ ਵੀ ਤੁਹਾਨੂੰ ਦਿਖਾਉਣਾ ਜੀ ਆਪਾਂ ਲਾਈਟਾਂ। ਦੇਖੋ ਦੇਖੋ ਜੀ ਇਹ ਵੀ ਅੱਡੋ ਅੱਡੀ ਚੱਲਦੇ ਨੇ ਸਾਰੇ ਮਾਰਦਾ ਇੱਧਰਲੀ ਸਾਈਡ ਤੋਂ ਆਹ ਚੀਜ਼ਾਂ, ਅਤੇ ਥੱਲੇ ਵੀ ਜਿਹੜੀ ਚੱਕਿਆਂ 'ਚ ਵੀ ਲਾਈਟਿੰਗ ਕੀਤੀ ਹੋਈ ਹੈ ਟਰੈਕਟਰ ਦੇ ਸਾਰੇ, ਅਤੇ ਤਾਂ ਉੱਪਰੋਂ ਵੀ ਪ੍ਰੋਪਰ ਦੇਖ ਸਕਦੇ ਹੋ, ਅਤੇ ਮੌਸਮ ਵੀ ਪੂਰਾ ਘੈਂਟ ਹੈਗਾ। ਲਓ ਜੀ ਇੱਧਰ ਅਤੇ ਬਾਈ ਜੇਕਰ ਆਪਾਂ ਹੁਣ ਗੱਲ ਕਰ ਲਈ ਬਾਈ ਆਪਣੇ ਪੰਜਾਬੀ ਉੱਧਰਲੇ ਬੈਠੇ ਨੇ ਬਾਹਰਲੇ ਦੇਸ਼ਾਂ 'ਚ ਮੰਗਾਉਣਾ ਹੋਵੇ ਤਾਂ ਤੁਹਾਡੇ ਨਾਲ ਕੰਟੈਕਟ ਹੈ, ਉਹ ਕਿਵੇਂ ਕਰ ਸਕਦੇ ਹੈਗੇ? ਕੰਟੈਕਟ ਬਾਈ ਆਪਣਾ ਜੇ ਕੋਈ ਆਪਣਾ ਯਾਰ ਦੋਸਤ ਮਿੱਤਰ ਹੈਗਾਗਾ, ਠੀਕ ਹੈ, ਮਤਲਬ ਉਹਨੂੰ ਭੇਜ ਕੇ ਆਪਣਾ ਸਾਰਾ ਜਿੱਦਾਂ ਵੀ ਆਰਡਰ ਵਗੈਰਾ ਬੁੱਕ ਕਰਵਾ ਸਕਦੇ ਹੈਗੇ। ਠੀਕ ਹੈ, ਪੇਮੈਂਟ ਆਨਲਾਈਨ ਹੁੰਦੀ ਆਪਣੇ ਖਾਤੇ, ਅੱਛਾ ਉਹ ਮਾਰ ਕੇ ਆਪਦਾ ਪ੍ਰੋਸੈਸ ਕਰ ਸਕਦੇ ਹਾਂ, ਪੇਮੈਂਟ ਆਪਾਂ ਸਾਰਾ ਖਾਤੇ ਵਗੈਰਾ ਚਲਾ। ਠੀਕ ਹੈ, ਬਾਕੀ ਟਰੈਕਟਰ ਜਿਹੜਾ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਟਰੈਕਟਰ ਸਾਰਾ ਲੱਭ ਕੇ ਆਪਾਂ ਦੇਣਾ ਸਾਰਾ, ਤੇ ਕੰਪਲੀਟ ਹੀ ਦੇਣਾ ਅਗਲੇ ਨੂੰ। ਠੀਕ ਹੈ, ਜੇਕਰ ਕੋਈ ਕਹੇ ਵੀ ਸਾਡਾ ਟਰੈਕਟਰ ਹੈਗਾ ਘਰ ਦਾ, ਫਿਰ ਆਪਾਂ ਉਹਨੂੰ ਵੀ ਕਰਕੇ ਦਿੰਦੇ ਹਾਂ, ਉਹਨੂੰ ਵੀ ਤਿਆਰ ਕਰ ਦਿੰਦੇ ਹਾਂ। ਠੀਕ ਹੈ, ਤੇ ਸੋ ਦੋਸਤੋ ਦੇਖ ਸਕਦੇ ਹੋ ਟਰੈਕਟਰ 9-11 ਜਿਹੜੇ ਦੋ, ਇਹ ਤਾਂ ਤਿਆਰ ਹੈਗੀ ਨੇ, ਫੋਰਡ ਆ ਤੁਹਾਨੂੰ ਉਹ ਵੀ ਦਿਖਾ ਦੇਣਾ, ਲੁੱਕ ਫੋਰਡ ਦੀ ਦੇਖ ਸਕਦੇ ਹੋ, ਇਹ ਵੀ ਪੂਰਾ ਘੈਂਟਾ ਮਸਕਾਰੇ ਵਾਲਾ ਰੰਗ ਹੈ ਨਾ ਜੀ ਆਪਾਂ ਕਹਿ ਦਈਏ ਸਿੱਧਾ ਪੰਜਾਬੀ 'ਚ। ਅਤੇ ਇਹ ਅੱਛਾ ਇਹਦੇ ਵੀ LED ਲਾਈਆਂ ਨੇ, ਇਹਦੇ ਅੱਡ ਸਾਈਜ਼ ਦੀਆਂ ਨੇ ਨਾ ਜੀ? ਹਾਂਜੀ, ਇਹ ਜਾਮੇ ਵਾਲੀਆਂ, ਇਹਦੇ ਜਾਮੇ ਵਾਲੀਆਂ ਆ ਗਈਆਂ, ਦੂਜੇ ਲੋਟ ਮਤਲਬ ਕਿਹਾ ਕਹਿ ਦਈਏ ਇਹਦੇ ਥੱਲੇ ਅੱਖਾਂ ਜੀ ਆ ਗਈਆਂ। ਠੀਕ ਹੈ, ਇਹਦੇ ਫਾਰਮ ਟਰੈਕ ਵਾਲੇ ਉਹ ਲਾਏ ਹੋਏ ਨੇ ਮਗਰਾਟ ਵਗੈਰਾ ਲਾ ਕੇ। ਠੀਕ ਹੈ, ਇਹ ਕਿੱਥੇ ਜਾਣਾ ਗਾ? ਇਹ ਸਰੀ ਜਾਣਾ ਦੋਸਤੋ ਦੇਖ ਸਕਦੇ ਹੋ, ਅਤੇ ਉਹ ਕੈਨੇਡਾ ਅਮਰੀਕਾ ਕਰਦੇ ਨੇ ਟਰੈਕਟਰ, ਜਿਵੇਂ ਕਹਿੰਦੇ ਮੂੰਹੋਂ ਬੋਲਦੇ ਨੇ ਟਰੈਕਟਰ। ਅਤੇ ਇੱਧਰਲੀ ਸਾਈਡ 'ਤੇ ਕਾਹ ਖੜਾ, ਹੋਰ ਤੁਹਾਨੂੰ ਦਿਖਾ ਦਿੰਦੇ ਹੋਰ ਇਹਦਾ ਕੰਮ ਪ੍ਰੋਸੈਸ ਜਿਹੜਾ ਇਹ ਚੱਲੀ ਜਾਂਦਾ ਟਰੈਕਟਰ ਦਾ, ਮੂਹਰੇ ਲਾਏ ਵਗੈਰਾ ਰਹਿੰਦੇ ਹੈ ਨਾ ਜੀ? ਉੱਥੇ ਜਾ ਕੇ ਪਾਉਣਾ ਬਾਈ, ਬਾਈ ਉੱਧਰ ਬਾਹਰੋਂ ਲੈ ਕੇ। ਅੱਛਾ, ਬਾਹਰੋਂ ਲੈ ਕੇ ਪਾਉਣਾ ਇਹਦੇ? ਹਾਂ ਹਾਂ, ਸਪੈਸ਼ਲੀ। ਠੀਕ ਆ, ਸਪੈਸ਼ਲੀ ਪਾਉਣਾ ਦੇਖੋ ਜੀ। ਅਤੇ ਇਹ ਫਿਰ ਤੁਸੀਂ ਤਿਆਰ ਕੀ ਕਰਕੇ ਦਿੱਤਾ ਕਿ ਬਾਈਆਂ ਦਾ ਆਪਦਾ ਟਰੈਕਟਰ ਹੀ? ਨਾ, ਸਾਰੇ ਤਿੰਨ ਟਰੈਕਟਰ ਹੀ ਆਪਣੇ, ਪੰਜੇ ਪੰਜੇ ਆਪਣੇ। ਅੱਛਾ, ਇਹ ਆਪਣੇ ਹੀ ਨੇ ਸਾਰੇ, ਮਤਲਬ ਕਿ ਤੁਸੀਂ ਤਿਆਰ ਕਰਕੇ ਵਾ ਦਿੱਤੇ ਨੇ? ਹਾਂਜੀ ਹਾਂਜੀ ਬਾਈ। ਠੀਕ ਆ, ਅਤੇ ਉਹ ਪਿਛਲਾ ਟਰੈਕਟਰ ਕਿਹੜੇ ਥਾਂ ਜਾਣੇ? ਇਹ ਆਪਣਾ ਉਹ ਦੋ ਜੋੜੀ ਜਾਣੀ ਆ, ਉਹ ਦੋਨਾਂ ਦੀ ਜੋੜੀ ਜਾਣੀ ਆ, ਆਹ ਦੋਨਾਂ ਦੀ ਜੋੜੀ ਜਾਣੀ ਆ, ਇਹ ਤਿੰਨਾਂ ਦੀ। ਠੀਕ ਹੈ, ਸੋ ਦੋਸਤੋ ਵੀਡੀਓ ਨੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ, ਤੇਰਾ ਕੰਟੈਕਟ ਨੰਬਰ ਜਿਹੜਾ ਬੋਲ ਦੇ ਕੇਰਾ। ਫੋਨ ਨੰਬਰ 97-810-82-220 ਬਾਈ। ਠੀਕ ਆ, ਅਤੇ ਕੰਟੈਕਟ ਕਰ ਸਕਦੇ ਬਰਨਾਲੇ ਦੇ ਵਿੱਚ ਲੋਕੇਸ਼ਨ ਆ ਬਾਈ ਦੀ, ਜੇਕਰ ਕਿਸੇ ਨੇ ਵੀ ਬਾਹਰ ਮੰਗਾਉਣਾ ਕੈਨੇਡਾ ਅਮਰੀਕਾ ਰੈਟਰ ਬਾਈ ਨਾਲ ਕੰਟੈਕਟ ਜਿਹੜਾ ਤੁਸੀਂ ਕਰ ਸਕਦੇ ਹੋਗੇ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ, ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ।